अमृतपाल की गिरफ्तारी नूं लै के पुलिस प्रशासन का लगातार ऑपरेशन जारी है। उत्थे ही पुलिस दे वल्लों लगातार लोगों नूं शांति बनाई रखन दी अपील भी की जा रही है। इसे दे चलदे पुलिस दे वल्लों हर चौंक चौराहे दे उत्ते नाकेबंदी की जा रही है। फ्लैंग मार्च कढे जा रहे हैं ते कुछ लोगों नूं पुलिस दे वल्लों हिरासत दे विच भी लिया गया। उत्थे ही फाजिलका दे विच कुछ लोगों नूं पुलिस दे वल्लों हिरासत दे विच लिया गया जिन्हां नूं अदालत विच पेश कीता गया। इसे दे चलदे साबका सरपंच नरेंद्रपाल सिंह वैरड नूं भी गिरफ्तार किया गया सी जिस नूं अदालत दे विच पेश कीता गया। ਮਿੰਦਰਪਾਲ ਵੈਰੜ ਦੀ ਤੁਸੀਂ ਇਹ ਅਰੈਸਟ ਪਾਈ ਹੈ ਜੀ, ਉਹ ਕਿਸ ਮਸਲੇ 'ਚ ਪਾਈ ਹੈ ਜੀ? ਇਹਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਫੀ ਮਾਹੌਲ ਖਰਾਬ ਹੋਣ ਦੀ ਸਥਿਤੀ ਵਿੱਚ ਹੈ, ਜੋ ਕਿ ਇਹ ਵਾਰਸ ਪੰਜਾਬ ਦੇ ਜਥੇਬੰਦੀ ਨਾਲ ਸੰਬੰਧਿਤ ਹੈ, ਜਿਸ ਕਰਕੇ ਇਹਨੂੰ ਸ਼ੱਕ ਦੇ ਆਧਾਰ 'ਤੇ ਵੀ ਇਹ ਲੋਕਾਂ ਨੂੰ इकट्ठ करके भड़कावे ना, जिस करके इनू 157 दे विच इहदी बंदी पाई है। SDM साहब दे इनू पेश कीता है भी ये अगे इनू पाबंद किया गया भी ये लोगों नू अगे होर जिहड़ी ना भड़कावे। इलाका वासियों नू की अपील करोगे? इलाका वासियों नू यही अपील करांगे भी इहो जिहियां जिहड़ियां गलत भावां दे विच ना आओ, इहो जिहा कोई गल नहीं हैगी, सारा अमन शांति नाल काम चल रहा, कोई इहो जी गल नहीं है। पिंड मोड़िया वाली जी जिला प्रधान श्रोमणी अकाली दल अमृतसर किसान सिंह फाजिलका सर, सर पता लग्या सी अज तुहाडी जिहड़ी अज फुल अरैसट किया गया सी? हाँ जी सर, मैनू कल साडे सत्कारयोग SHO साहब अंग्रेज सिंह जी ते सारा पुलिस प्रशासन जो भी CID सारे गए सी ते साडा आपदा ही परिवार है, चलो कोई ड्यूटी करते ने कोई किसी की ड्यूटी होंगी है, तो उन्होंने जाके जो मैं घर कहा कि जो भी अमृतपाल वाला उन्होंने खालसा विहीर का 19 तरीक का प्रोग्राम है वो संबंध में तुहानू लेके जाना कुछ टाइम लिए, तो मैं क्या सर असी हाजर हाँ जी, वो असी क्राइम तो की नहीं जी, ना कोई माड़ा कर्म किया, तो सो असी हाजर हाँ तो असी पुलिस का साथ दिता। ਕਿਵੇਂ ਦੇਖਦੇ ਹੋ ਜੀ ਜਿਹੜੇ ਇਸ ਤਰ੍ਹਾਂ ਅੱਜ ਜਿਹੜੀ ਇਹ ਘਟਨਾ ਘਟੀ ਆ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ? ਸਰ ਜਿਹੜੀ ਘਟਨਾ ਹੈ ਇਹ ਪੰਜਾਬ ਲਈ ਤਾਂ ਮੈਂ ਮੰਦਭਾਗੀ ਸਮਝਾਂਗਾ, ਮੰਦਭਾਗੀ ਇੱਦਾਂ ਸਮਝਾਂਗਾ ਕਿ ਜੇ ਇਹਨੂੰ ਪਿਛਲੀਆਂ ਘਟਨਾਵਾਂ ਨਾਲ ਜੋੜਿਆ ਜਾਏ, ਚਾਹੇ ਉਹ ਜਨਾਲੇ ਨਾਲ ਜੋੜਿਆ, ਚਾਹੇ ਵੱਖ ਵੱਖ ਤਰ੍ਹਾਂ ਦੇ, ਦੇਖੋ ਚੈਨਲ ਵੀ ਬੰਦ ਨੇ ਜੀ, ਫੇਸਬੁੱਕ ਵੀ ਬੰਦ ਹੈ, ਪਰ ਜਿੰਨੀਆਂ ਕੁ ਗੱਲਾਂ ਆ ਰਹੀਆਂ ਨੇ ਸੁਣਾਉਣ ਨੂੰ, ਆਪਾਂ ਸਾਰੇ ਸਮਝਦਾਰ ਹਾਂ ਬੁੱਧੀਜੀਵੀ ਹਾਂ, ਸੋ ਸਰ ਗੱਲ ਇਹ ਆ ਕਿ ਪੁਲਿਸ ਕੌਣ ਹੈ? ਪੁਲਿਸ ਵੀ ਸਾਡੇ ਨੇ, ਅਸੀਂ ਕੌਣ ਹਾਂ? ਅਸੀਂ ਵੀ ਆਪਦੇ ਭੈਣ ਭਰਾ ਪੰਜਾਬੀ ਹਾਂ। ਸੋ ਸਰ ਜਿਹੜਾ ਅੰਮ੍ਰਿਤਪਾਲ ਦਾ ਨਸ਼ਾ ਛਡਾਉਣਾ ਜੀ ਔਰ ਯੂਥ ਨੂੰ ਇੱਕ ਟਰੈਕ 'ਤੇ ਲਿਆਉਣਾ, ਸਹੀ ਟਰੈਕ 'ਤੇ ਲਿਆਉਣਾ, ਅੰਮ੍ਰਿਤ ਸੰਚਾਰ ਕਰਨਾ, ਇਹ ਬਹੁਤ ਅੱਛਾ ਕੰਮ ਹੈ, ਇਹ ਕੋਈ ਮਾੜਾ ਕੰਮ ਨਹੀਂ ਹੈਗਾ। ਹੁਣ ਤੁਸੀਂ ਠੀਕ ਹੋ, ਸਿਹਤ ਜਾਬ ਹੋ? ਹਾਂਜੀ ਸਰ, ਮੈਂ ਬਿਲਕੁਲ ਸਿਹਤ ਜਾਬ ਹਾਂ, ਪਰ ਅਫਸੋਸ ਕਿ ਇੱਕ ਪਾਸੇ ਸਾਡੇ ਬੰਦੀ ਸਿੰਘ ਤਾਂ ਜਿਹੜੇ ਰਿਹਾ ਨਹੀਂ ਹੋ ਰਹੇ ਜੀ, ਤੇ ਦੂਸਰੇ ਪਾਸੇ ਜਿਹੜਾ ਰਾਮ ਰਹੀਮ ਹੈ ਉਹਨੂੰ 1 ਮਹੀਨੇ ਬਾਅਦ ਪਰੋਲ ਦਿੱਤੀ ਜਾਂਦੀ ਹੈ, ਤੇ ਜੇ ਮੈਂ ਕਹਾਂਗਾ ਕਿ ਸਾਡਾ ਤਾਂ ਕੋਈ ਕਸੂਰ ਨਹੀਂ, ਅਸੀਂ ਤਾਂ ਘਰੇ ਬੈਠੇ ਖੇਤੀ ਕਰ ਰਹੇ ਹਾਂ, ਪੁਲਿਸ ਦਾ ਹੁਕਮ ਵੀ ਮੰਨਿਆ, ਜੋ ਪ੍ਰਸ਼ਾਸਨ ਨੇ ਕਿਹਾ ਕਿ ਤੁਸੀਂ ਸਰਪੰਚ ਸਾਹਿਬ ਨਾਲ ਚੱਲਣਾ ਸੀ, ਕਿ ਹਾਜ਼ਰ ਹਾਂ, ਪਰ ਮੈਨੂੰ ਜਦੋਂ ਮੈਂ ਗੱਲ ਕਹਿਣ ਤੋਂ ਕਦੀ ਗੁਰੇਜ਼ ਨਹੀਂ ਕੀਤਾ ਸੱਚੀ ਗੱਲ ਤੋਂ, ਅਤੇ ਮੈਂ ਹਮੇਸ਼ਾ ਹੀ ਆਪਣੇ ਇਲਾਕੇ 'ਚ ਸੋਸ਼ਲ ਕੰਮ ਕੀਤਾ ਹੈ, ਚਾਹੇ ਉਹ ਕਿਸੇ ਪਾਰਟੀ ਨੇ ਚੰਗਾ ਕੰਮ ਕੀਤਾ ਮੈਂ ਉਹਨੂੰ ਚੰਗਾ ਹੀ ਕਿਹਾ। ਜਦੋਂ ਮੈਂ ਇੱਕ ਭਾਈ ਅੰਮ੍ਰਿਤਪਾਲ ਜੀ ਨੂੰ ਬੇਨਤੀ ਕਰੂੰਗਾ ਵੀ ਜਿਹੜਾ ਤੁਸੀਂ ਇਹ ਕੋਈ ਵਾਜੇ ਗਿਆ ਪ੍ਰਧਾਨ ਮੰਤਰੀ ਉਹਦਾ ਇੱਦਾਂ ਭੱਜਣਾ, ਉਹ ਪੁਲਿਸ ਪੈ ਗਈ ਪੁਲਿਸ ਪੈ ਗਈ, ਯਾਰ ਜੇ ਪੁਲਿਸ ਨੇ ਕੋਈ ਕਿਸੇ ਤਰ੍ਹਾਂ ਕੋਈ ਕਾਰਵਾਈ ਕੀਤੀ ਉਹਨਾਂ ਨੂੰ ਉੱਪਰੋਂ ਹਦਾਇਤਾਂ ਨੇ, ਤੂੰ ਸਾਡੇ ਭਰਾ ਨੇ ਚੁੱਪ ਕਰਕੇ ਗ੍ਰਿਫਤਾਰੀ ਦੇ ਦਿਓ, ਅਸੀਂ ਦਿੱਤੀ ਅਸੀਂ ਆਏ ਹਾਂ, ਕੋਈ ਇਹਦੇ 'ਚ ਹਰਜ ਵਾਲੀ ਗੱਲ ਨਹੀਂ। ਔਰ SDM ਸਾਹਿਬ ਦੇ ਸਾਨੂੰ ਪੇਸ਼ ਕੀਤਾ ਅੱਜ ਮੈਨੂੰ ਜੀ, ਅਤੇ SDM ਸਾਹਿਬ ਨੂੰ ਇਹੀ ਮੈਂ ਬੇਨਤੀ ਕੀਤੀ ਕਿ ਸਰ ਮੇਰੀਆਂ 20 ਫਰਵਰੀ ਦੀਆਂ ਟਿਕਟਾਂ ਨੇ ਹਜ਼ੂਰ ਸਾਹਿਬ ਜਾਣ ਲਈ 21 ਤਰੀਕ ਦੀਆਂ, ਔਰ ਮੇਰਾ 0% ਵੀ ਕਿਸੇ ਵੀ ਤਰ੍ਹਾਂ ਦਾ, ਹਾਂ ਮੇਰੀ ਵਿਚਾਰ ਜ਼ਰੂਰ ਰਲਦੇ ਨੇ ਜੀ, ਮੈਂ ਉਹਨਾਂ ਵਿਚਾਰਾਂ ਦੀ ਕਦਰ ਕਰਨਾ ਕਿ ਜਦੋਂ ਉਹ ਨਸ਼ਾ ਛਡਾਉਂਦੇ ਨੇ ਉਹ ਅੰਮ੍ਰਿਤ ਛਕਾਉਂਦੇ ਨੇ, ਬਾਣੀ ਅਤੇ ਬਾਣੀ ਨਾਲ ਜੋੜਦੇ ਨੇ, ਉਹ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕਰਦੇ ਨੇ, ਮੈਂ ਉਹਨਾਂ ਵਿਚਾਰਾਂ ਦਾ ਫੈਨ ਹਾਂ, ਪਰ ਬਾਕੀ ਤਾਂ ਮੇਰੀ ਕਿਤੇ ਇਨਵੋਲਵਮੈਂਟ ਨਹੀਂ ਹੈਗੀ ਕਿ ਮੈਂ ਕੋਈ ਕ੍ਰਾਈਮ ਕਰਨਾ ਜਾਂ ਮੈਂ ਗੁੰਡਾਗਰਦੀ ਕਰਨਾ, ਉਹ ਤਾਂ ਮੇਰਾ, ਮੈਂ 3 ਵਾਰੀ ਦਾ ਸਾਬਕਾ ਸਰਪੰਚ ਹਾਂ,
ਅਤੇ ਜਦੋਂ ਮੈਂ SDM ਸਾਹਿਬ ਨੂੰ ਵੀ ਇਹੀ ਰਿਕੁਐਸਟ ਕੀਤੀ ਕਿ ਸਰ ਮੇਰੀ 22 ਤਰੀਕ ਦੀ ਟ੍ਰੇਨ ਹੈ ਅਤੇ ਮੈਂ ਤਾਂ ਹਜ਼ੂਰ ਸਾਹਿਬ ਜਾ ਰਿਹਾ ਸੀ ਅਤੇ ਚਲੋ ਜੋ ਅਫਸਰਾਂ ਨੂੰ ਚੰਗਾ ਲੱਗਦਾ ਕਿਉਂਕਿ ਸਾਰਾ ਜਿਹੜਾ ਹੈਗਾ ਏਜੰਡਾ ਇਹ ਉੱਪਰੋਂ RSS ਦਾ ਚੱਲਦਾ ਸਰਕਾਰਾਂ ਦਾ ਕੰਮ ਇੱਥੇ ਆਮ ਬੰਦੇ ਦੀ ਕੋਈ ਵੀ ਫਰਿਆਦ ਬੇਨਤੀ ਨਹੀਂ ਚੱਲਦੀ ਸੋ ਜੋ ਉੱਪਰੋਂ ਏਜੰਡਾ ਉੱਪਰੋਂ ਹੁਕਮ ਆਉਣਾ ਆਰਡਰ ਉਹੀ ਹੋਣਾ ਤੋ ਮੈਂ ਦੇਖ ਰਿਹਾ ਸੀ ਕਿ SDM ਸਾਹਿਬ ਵੀ ਲਾਚਾਰ ਸੀ ਅਤੇ ਮੈਂ ਫਿਰ SDM ਸਾਹਿਬ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ SSP ਮੈਡਮ ਨੂੰ ਬੇਨਤੀ ਕਰਦਾ ਕਿ ਠੀਕ ਹੈ ਸਾਨੂੰ ਜਿੰਨੇ ਦਿਨ ਤੁਸੀਂ ਬਿਠਾਉਣਾ ਬਿਠਾਓ ਕਿਉਂਕਿ ਅਸੀਂ ਕੋਈ ਕ੍ਰਾਈਮ ਨਹੀਂ ਕੀਤੀ ਇੱਕ ਇਮਾਨਦਾਰ ਇੱਜ਼ਤਦਾਰ ਇਲਾਕੇ ਦੇ ਇੱਕ ਅੱਛੇ ਬੰਦਿਆਂ 'ਚ ਆਉਂਦੇ ਹਾਂ ਸਾਨੂੰ ਜਿੰਨੇ ਦਿਨ ਬਿਠਾਓਗੇ ਅਸੀਂ ਬੈਠੇ ਹਾਂ ਤੋ ਜਦੋਂ ਅਸੀਂ ਜੇਲ੍ਹ ਗਏ ਤਾਂ ਜੇਲ੍ਹ ਵਾਲਿਆਂ ਨੇ ਵੀ ਕਹਿਤਾ ਕਿ ਅਸੀਂ ਅੰਮ੍ਰਿਤਪਾਲ ਵਾਲੇ ਬੰਦਿਆਂ ਨੂੰ ਨਹੀਂ ਰੱਖਣਾ ਅਤੇ ਅਫਸੋਸ ਹੋਇਆ ਕਿ ਯਾਰ ਅਸੀਂ ਇੱਕ ਆਮ ਨਾਗਰਿਕ ਹਾਂ ਇੱਕ ਬਿਲਕੁਲ ਸਧਾਰਨ ਜੇ ਮੇਰੀ ਜੀਵਨ ਬਾਰੇ ਪਤਾ ਕਰਨਾ ਹੋਊਗਾ ਤਾਂ ਮੈਂ ਨਾ ਤਾਂ ਅਕਾਲੀਆਂ ਨੂੰ ਨਾ ਕਾਂਗਰਸ ਨੂੰ ਨਾ ਆਪ ਨੂੰ ਵੋਟ ਪਾਏ ਮੈਂ ਤਾਂ ਨਵਰੀਤ ਮੁੰਡਾ ਜਿਹੜਾ 26 ਜਨਵਰੀ ਨੂੰ ਡੈਥ ਹੋਈ ਸੀ ਔਰ ਇੱਕ ਮੁੰਡਾ ਕਪੂਰਥਲੇ ਤੋਂ ਟਰਾਲੀ ਤੋਂ ਡਿੱਗ ਗਿਆ ਸੀ ਉਹਦੇ ਯਾਦ ਵਿੱਚ ਬਲੱਡ ਡੋਨੇਟ ਕਰਕੇ ਮੈਂ ਵੋਟ ਪਾਈ ਇੱਕ ਆਮ ਬੰਦੇ ਸੋ ਮੈਂ ਇੱਕ ਆਮ ਬੰਦਾ ਮੇਰੀ ਆ ਜਿਹੜੀ ਲੜਾਈ ਝਗੜੇ ਤੋਂ ਉੱਪਰ ਉੱਠ ਕੇ ਇੱਕ ਪਿਆਰ ਦੀ ਜ਼ਿੰਦਗੀ ਜਿਉਣ ਵਾਲਾ ਬੰਦਾ ਗਰੀਬ ਦੀ ਮਜ਼ਦੂਰ ਦੀ ਕਿਸਾਨ ਦੀ ਦੁਕਾਨਦਾਰ ਦੀ ਇੱਕ ਮਦਦ ਕਰਨ ਵਾਲਾ ਬੰਦਾ ਨਾ ਕਿ ਮੈਂ ਰੌਲੇ ਰੱਪੇ ਪੈਣ ਵਾਲਿਆਂ 'ਚ ਬੰਦਾ ਮੈਂ ਗੁਰੂ ਨੂੰ ਮੰਨਣ ਵਾਲਾ ਬੰਦਾ ਥੈਂਕ ਯੂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।